ਬਿਸਮਿਲ੍ਲਾ ਰਹਿਮਾਨ ਰਹੀਮ ਅਸਲਾਮ ਅਲੈਕੁਮ। ਸਾਡੀ ਦੁਆ ਕਿ ਸਾਡੇ ਬੈਨ ਬੇਨ ਅੱਲਾਹ ਤਾਲਾ ਖੁਸ਼ ਰੱਖੇ, ਸ਼ਾਦੋ ਆਬਾਦ ਰੱਖੇ। ਇਸੇ ਦੁਆ ਨਾਲ ਕਰਦੇ ਹਾਂ ਅੱਜ ਦੀ ਵੀਡੀਓ ਸ਼ੁਰੂ। ਅੱਜ ਦੀ ਵੀਡੀਓ ਸ਼ੁਰੂ ਕਰਨ ਪਹਿਲੇ ਛੋਟੀ ਜਿਹੀ ਗੁਜ਼ਾਰਿਸ਼, ਜਿਹੜੇ ਬੈਨ ਭਾਈ ਨੇ ਮੇਰੇ ਚੈਨਲ ਅੱਜ ਵੀ ਸਬਸਕ੍ਰਾਈਬ ਨਹੀਂ ਕੀਤਾ, ਮੇਰੇ ਚੈਨਲ ਅੱਜ ਵੀ ਸਬਸਕ੍ਰਾਈਬ ਕਰ ਲਓ ਅਤੇ ਬੈਲ ਦਾ ਬਟਨ ਲਾਜ਼ਮੀ ਪ੍ਰੈਸ ਕਰ ਲਓ ਤਾਂ ਕਿ ਮੇਰੀ ਆਉਣ ਵਾਲੀ ਹਰ ਵੀਡੀਓ ਤੁਹਾਡੇ ਤੱਕ ਬਾਰ ਬਾਰ ਪਹੁੰਚਦੀ ਰਹੇ। ਕਰਦੇ ਹਾਂ ਅੱਜ ਦੀ ਵੀਡੀਓ ਸ਼ੁਰੂ। ਅੱਜ ਜਿੱਦਾਂ ਕਿ ਫਸਟ ਟਾਈਮ ਲਿਖਿਆ ਇਸ ਘਰ ਕੰਮ ਲੱਗੇ ਹੋਏ ਹਾਂ ਅਤੇ ਹੁਣ ਇਸ ਟਾਈਮ ਕਿਹੜਾ ਅਸੀਂ ਕੰਮ ਕਰ ਰਹੇ ਹਾਂ ਵੀ ਆਪਣੇ ਬੈਨ ਬੇਨ ਸ਼ੇਅਰ ਕਰਦੇ ਹਾਂ। ਬੱਚੇ ਵੀ ਇੱਧਰ ਆਏ ਹੋਏ, ਹਾਂਜੀ ਪੁੱਤ ਅੱਛਾ ਜੀ ਚਲ ਆਜੋ ਆਜੋ ਲਿਆ ਲਿਆ ਅੱਛਾ ਜੀ ਬਾਜੀ ਬਣੇ ਕੰਮ ਕਰਨ ਡਈ ਆ ਤੂੰ, ਚੱਲ ਕਰ ਲੱਗ ਇੱਕ ਮਾਸੀ ਇੱਕ ਬਾਜੀ ਚਲੋ ਸਹੀ ਹੈ। ਲਿਆਓ ਲਿਆਓ ਇੱਟਾਂ ਲਿਆਓ ਫਟਾਫਟ ਅਤੇ ਆਪਾਂ ਕਰੀਏ ਆਹ ਲਾਈਏ ਅੱਗੇ। ਆਹ ਲਾ ਰਹੇ ਜੀ ਟੱਸੂ ਲਾਇਆ ਪਹਿਲੇ, ਬਰੀਕ ਟੱਸੂ ਪਿਆ ਸੀ ਉੱਧਰਲੀ ਸਾਈਡ 'ਤੇ ਜੋੜ ਦਿੱਤਾ, ਮੁੜ ਕੇ ਅੱਗੇ ਮੋਟਾ ਟੱਸੂ ਬਚ ਗਿਆ ਇਸ ਜਗ੍ਹਾ 'ਤੇ ਜੋੜ ਦਿੱਤਾ, ਅੱਗੇ ਆ ਗਏ ਇਸ ਜਗ੍ਹਾ ਦੇ ਉੱਪਰ। ਇਸ ਜਗ੍ਹਾ ਤੋਂ ਜਿਹੜੀਆਂ ਇੱਟਾਂ ਮੇਰੇ ਕੋਲ ਫਾਲਤੂ ਪਈਆਂ ਸੀਗੀਆਂ ਇਸ ਜਗ੍ਹਾ ਦੇ ਉੱਪਰ ਅਸੀਂ ਜੋੜ ਰਹੇ ਹਾਂ ਇੱਟਾਂ। ਮੇਰਾ ਪੁੱਤ ਨਾ ਦੋ ਦੋ ਇੱਟਾਂ ਲੈ ਕੇ ਆਓ ਬਸ, ਮੈਂ ਦੋ ਦੋ ਇੱਟਾਂ ਲੈ ਕੇ ਆਓ ਬਸ, ਠੀਕ ਹੈ ਨਾ। ਜ਼ਿਆਦੀਆਂ ਨਹੀਂ ਲੈ ਕੇ ਆਉਣੀਆਂ ਹੈਗੀਆਂ, ਅਜ਼ਾਨ ਪੁੱਤ ਸਾਰੀਆਂ ਨਾ ਲੈ ਕੇ ਆ, ਥੋੜੀਆਂ ਥੋੜੀਆਂ ਲੈ ਕੇ ਆਓ, ਥੋੜੀਆਂ ਲੈ ਕੇ ਆਓ ਅਜ਼ਾਨ ਪੁੱਤ, ਥੋੜੀਆਂ ਲੈ ਕੇ ਆਓ ਇੱਟਾਂ, ਸੱਤ ਨਾ ਲੈ ਕੇ ਨਹੀਂ ਪੁੱਤ ਤੁਸੀਂ ਨਹੀਂ ਲੈ ਕੇ ਆਉਣੀਆਂ, ਤੁਸੀਂ ਆਪਣਾ ਕੰਮ ਕਰੋ ਜਿਹੜੀਆਂ ਕਰਨ ਡਈਆਂ ਦੋਵੇਂ ਭੈਣਾਂ ਰਲ ਗਈਆਂ। ਅੱਛਾ ਚਲੋ ਬਣਾ ਲਓ ਜੋ ਮਰਜ਼ੀ ਬਣਾ ਲਓ, ਬੱਚੇ ਲੱਗੇ ਸੀ ਨਾਲ ਕਹਿੰਦੇ ਅਸੀਂ ਪਾਪਾ ਲੈ ਕੇ ਇੱਕ ਬਾਜੀ ਬਣੀ ਸੀ ਅਤੇ ਇੱਕ ਮਾਸੀ ਬਣੀ ਸੀ, ਜੋੜ ਦੇਣਾ ਫਰਸ਼ੇ ਦਾ ਇੱਥੇ ਕਿਹੜਾ ਫਿਰ ਗੜਾਈ ਕਰਾਣੀ ਹੈ, ਜੇ ਕੁਛ ਕਰਨਾ ਬਸ ਇਹ ਆਊਗਾ ਚਲੋ ਸਾਫ਼ ਸੁਥਰਾ ਹੋ ਜਾਏਗਾ। ਉਹ ਤਾਂ ਲਿਆਓ ਲਿਆਓ ਜਿਹੜੇ ਇੱਟਾਂ ਲਿਆਉਣ ਡਿਆ ਲਿਆਓ ਗੱਡੂ ਥੱਬਾ ਭਰੀ ਲਿਆਉਣ ਡਿਆ ਹੈਲੋ ਪਾਪਾ ਜੀ
ਫਟਾਫਟ ਨਿਕਲ ਕੇ ਤਾਂ ਘਰ ਦਾ ਕੰਮ ਜਲਦੀ ਕਰ ਲਈਏ ਬਸ ਸਮਾਨ ਚੱਕ ਕੇ ਆਈਏ ਬਸ ਸਹੀ ਨਾ ਪਾਪਾ ਹਾਂਜੀ ਪੁੱਤ ਆ ਜੇ ਤੁੰਨਾ ਦੁੰਦਾ ਤੂੰ ਲੈ ਕੇ ਨਹੀਂ ਹੁੰਦੀ ਹੈਗੀ ਤਾਂ ਲੈ ਤੇ ਆ ਫਟਾਫਟ ਚੱਲ ਦੁੰਦਾ ਜਿਗਰ ਨਹੀਂ ਪਾਣੀ ਨਾਲਾ ਹੱਥ ਨਾਲ ਨਹੀਂ ਦੁੰਦਾ ਪਾਣੀ ਜਾਣਾ ਦੁੰਦਾ ਜੀ ਜਾ ਕੇ ਲਿਆਓ ਭਜਾ ਕੇ ਭਜਾ ਕੇ ਲਿਆਓ ਭਜਾ ਕੇ ਲਿਆਓ ਭਜਾ ਕੇ ਪਤਾ ਕੀ ਹੋ ਗਿਆ ਕਿ ਇਹ ਪਾਟ ਕੇ ਸੱਟਾਂ ਪੂਰੀਆਂ ਹੋ ਜਾਣੀਆਂ ਇੱਥੇ ਫਰਿਸ਼ਤਾ ਗਿਆ ਇੰਨਾ ਕੁ ਲੱਗ ਤੇ ਰਹਿ ਗਿਆ ਉੱਥੇ ਅੱਗੇ ਸਮੇਂ ਲੋ ਫਿਰ ਲਿਆਉਣ ਵਾਲਾ ਫੜ ਪੱਟਣ ਵਾਲਾ ਰਹਿ ਗਿਆ ਉਹ ਫੜ ਪੱਟ ਕੇ ਤਿਆਰ ਆ ਫਰਿਸ਼ ਨੂੰ ਪੂਰਾ ਕਰ ਅੱਛਾ ਜੀ ਉਹ ਪਾ ਕੇ ਇੱਟਾਂ ਲਾ ਕੇ ਅਤੇ ਉੱਪਰ ਵਾਲੀ ਸਾਈਡ 'ਤੇ ਰੇਤ ਪਾ ਦਿੱਤੀ ਆ ਇੱਟਾਂ ਨਾਲ ਥੋੜ੍ਹੀ ਥੋੜ੍ਹੀ ਰੇਤ ਪਾ ਦੇਈ ਦੀ ਆ ਵੀ ਤਾਂ ਅੱਗੇ ਥੋੜ੍ਹਾ ਪਵੇ ਇੱਟਾਂ ਦੇ ਵਿੱਚ ਉਹਨੇ ਚਾਰ ਚਾਰ ਇੰਚੀ ਰੇਤਾ ਰੇਤਾ ਪੈ ਜਾਂਦੀ ਹੈ ਫਿਲਹਾਲ ਰੇਤ ਪਾ ਦਿੱਤੀ ਹੈ ਰੇਤ ਪਾ ਕੇ ਤਾਂ ਪਾਣੀ ਪੂਣੀ ਲੱਗਦਾ ਰਹੇਗਾ ਸੁੱਕੀ ਕੇ ਰੇਤ ਦਰਜੇ ਵੜਦੀ ਰਹੇਗੀ ਇਹ ਜਿਹੜਾ ਜਗ੍ਹਾ ਇਹ ਛੱਡੀ ਆਈ ਇੱਥੇ ਪੌਦਾ ਲਾਉਣ ਵਾਸਤੇ ਬਾਹਰ ਵਾਲੀ ਸਾਈਡ 'ਤੇ ਪੌਦਾ ਲਾਵਾਂਗੇ ਇੱਥੇ ਅਤੇ ਇਹ ਜਿਹੜਾ ਪੌਦਾ ਜਿੱਥੇ ਅੱਗੇ ਬਾਜ਼ਾਰ ਵਿੱਚ ਥੋੜ੍ਹਾ ਤੋੜ ਲੈਣ 'ਚ ਦਰਖਤ ਲੱਗੇ ਆ ਉਸ ਹਿਸਾਬ ਨਾਲ ਇੱਧਰੋਂ ਵੀ ਲੈਣ ਦਾ ਹਿਸਾਬ ਲਾਵਾਂਗੇ ਇੱਧਰ ਹੋਰ ਕਿੱਥੇ ਲੱਗੇ ਉਹਨਾਂ ਦਾ ਵੀ ਹਿਸਾਬ ਲਾਵਾਂਗੇ ਹਿਸਾਬ ਲਾ ਕੇ ਛੱਡ ਦਿੱਤਾ ਵਾ ਅਤੇ ਬਾਕੀ ਵੀ ਇੱਥੇ ਉਹੋ ਜਿਹੇ ਇੱਕ ਸੇਮ ਟੂ ਸੇਮ ਉਹੋ ਜਿਹੇ ਇੱਕ ਪੌਦਾ ਲਾਵਾਂਗੇ ਲਿਆ ਕੇ ਬੱਚਿਆਂ ਨੇ ਬੜੀ ਹਿੰਮਤ ਕਰਾਈ ਆ ਜੀ ਨਾਲ ਕੰਮ ਲੱਗੇ ਹੁਣ ਇੱਧਰ ਆ ਗਿਆ ਇੱਧਰ ਆ ਗਿਆ ਕੋਈ ਕੰਮ ਨਹੀਂ ਕਰਾਇਆ ਹਰ ਮੈਂ ਬਹੁਤ ਕੰਮ ਕਰਾਇਆ ਸ਼ਾਮ ਦਾ ਟਾਈਮ ਹੋ ਚੁੱਕਿਆ ਸਾਡੇ ਕੋਲ ਅਤੇ ਅੱਜ ਇਹ ਜਿਹੜਾ ਕੰਮ ਕੀਤਾ ਅਸੀਂ ਇਹ ਕੰਮ ਕਰਕੇ ਉੱਪਰ ਅਸੀਂ ਰੇਤ ਪਾ ਕੇ ਤੈਨੂੰ ਸਾਰਿਆਂ ਨੂੰ ਪੱਧਰਾ ਕਰ ਦਿੱਤਾ ਅਤੇ ਬਾਅਦ ਵਿੱਚ ਫਿਰ ਦੇਖਾਂਗੇ ਵੀ ਕਿਸ ਟਾਈਮ ਨੂੰ ਕੰਪਲੀਟ ਕਰਨਾ ਅਸੀਂ ਕਿਉਂਕਿ ਸੀਮਟ ਲਿਆ ਕੇ ਅਤੇ ਫਿਰ ਇਹਨੂੰ ਪਲਸਤਰ ਵੀ ਕਰਾਂਗੇ ਪਹਿਲੇ ਉੱਪਰ ਵਾਲੀ ਸਾਈਡ 'ਤੇ ਸੀਮਟ ਪਾਵਾਂਗੇ ਫਿਰ ਇਹਨੂੰ ਅੰਦਰਲੀ ਸਾਈਡ 'ਤੇ ਪਲਸਤਰ ਕਰਾਂਗੇ ਜੀ ਟਾਈਮ ਵੀ ਸ਼ਾਮ ਦਾ ਹੋ ਗਿਆ ਸਾਡੇ ਕੋਲ ਅਤੇ ਟੱਸੂ ਫਿਰ ਵੀ ਬਚ ਗਿਆ ਇਹ ਵੀ ਲੱਗ ਗਿਆ ਅਗਲੀ ਸਾਈਡ 'ਤੇ ਅਤੇ ਟੱਸੂ ਫਿਰ ਵੀ ਬਚ ਗਿਆ ਟੱਸੂ ਵੀ ਬਚ ਗਿਆ ਔਰ ਫੜ ਫਿਰ ਬਚ ਗਿਆ ਕੁਛ ਫੜ ਪੱਟ ਕੇ ਅਸੀਂ ਲਾ ਦਿੱਤਾ ਸੀਗਾ ਅਤੇ ਫਿਰ ਦੁਬਾਰਾ ਫਿਰ ਇਹ ਫੜ ਬਚ ਗਿਆ ਟੱਸੂ ਫਿਰ ਦੁਬਾਰਾ ਵੀ ਬਚ ਚੁੱਕਿਆ ਟੱਸੂ ਲੇਕਿਨ ਦੇਖਾਂਗੇ ਟੱਸੂ ਕੀ ਕਰਨਾ ਟੱਸੂ ਦੀਆਂ ਜਿਹੜੀਆਂ ਕਿਆਰੀਆਂ ਛੱਡੀਆਂ ਵਿੱਚ ਪੌਦਿਆਂ ਵਾਸਤੇ ਇਹਨਾਂ ਦੇ ਦੋ ਦੋ ਵਾਰ ਖੜੀ ਰੋਕ ਕਿੱਦਾਂ ਲਾਵਾਂਗੇ ਤਾਂ ਕਿ ਥੱਲੇ ਤੱਕ ਪਾਣੀ ਨਾ ਜਾਵੇ ਇਸ ਤਰ੍ਹਾਂ ਖੜੇ ਤੇ ਕੇ ਲਾਵਾਂਗੇ ਦੋ ਦੋ ਵਾਰ ਤਾਂ ਕਿ ਥੱਲੇ ਵਾਲੀ ਸਾਈਡ ਤੱਕ ਪਾਣੀ ਨਾ ਜਾਵੇ ਪਾਣੀ ਜਿਹੜਾ ਸਾਈਡਾਂ 'ਤੇ ਨੁਕਸਾਨ ਨਾ ਕਰੇ ਚਲੋ ਟੱਸੂ ਉੱਥੇ ਲੱਗ ਜਾਏਗਾ ਬਾਕੀ ਇੱਟ ਬਚ ਗਈ ਹੈ ਇੱਟ ਵੀ ਦੇਖ ਲਾਂਗੇ ਕਿਹੜੀ ਜਗ੍ਹਾ 'ਤੇ ਲਾਉਣੀ ਆ ਅਤੇ ਇਹ ਸਾਡਾ ਕੰਮ ਹੋ ਗਿਆ ਫਾਈਨਲ ਔਰ ਅਸੀਂ ਵੀ ਇਹਦੇ ਨਾਲ ਹੀ ਆਪਣੇ ਭੈਣ ਭੀਆਂ ਕੋਲ ਚਾਹਵਾਂਗੇ ਇਜਾਜ਼ਤ ਕੱਲ੍ਹ ਇੱਕ ਨਵੀਂ ਵੀਡੀਓ ਨਾਲ ਹੋਵਾਂਗੇ ਹਾਜ਼ਰ ਖੁਦਾ ਹਾਫਿਜ਼।